ਪਰ ਇਹਦੇ 'ਚ ਜਿਹੜੇ ਲੋਕ ਚੀਜ਼ਾਂ ਖਰੀਦਣ ਆਏ ਸੀ ਉਹਨਾਂ ਦਾ ਵੀ ਕਸੂਰ ਹੈ, ਕਿਉਂਕਿ ਆਪਾਂ ਨੂੰ ਕਿਲੋ ਚੀਜ਼ ਦੀ ਲੋੜ, ਆਪਾਂ ਉੱਥੇ 5 ਕਿਲੋ ਲੈਂਦੇ ਹਾਂ ਤਾਂ ਨੈਚੁਰਲੀ ਅੰਡਰਸਟੂਡੀ ਆ ਵੀ ਇਹ ਚੀਜ਼ਾਂ ਦੇ ਭਾਅ 5 ਗੁਣਾ ਤਾਂ ਹੀ ਵਧੇ ਨੇ। ਕੱਲ੍ਹ ਕਿਸੇ ਨੇ ਫੇਕ ਖਬਰ ਪਾ ਤੀ ਫੇਸਬੁੱਕ 'ਤੇ ਕਿ ਦੁਕਾਨਾਂ ਸਵੇਰੇ 10 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਣਗੀਆਂ। ਦੁਕਾਨਾਂ ਰੂਟੀਨ ਮੈਟਰ 'ਤੇ ਜਿਵੇਂ ਮੈਂ ਦੱਸਿਆ, ਮੈਂ 6 ਵਜੇ ਚਾਰੇ ਗੇਟ, ਧੂਰੀ ਗੇਟ, ਨਾਭਾ ਗੇਟ, ਸੁਨਾਮੀ ਗੇਟ, ਪਟਿਆਲਾ ਗੇਟ, ਚਾਰੇ ਗੇਟ ਬਿਲਕੁਲ ਰੂਟੀਨ ਮੈਟਰ ਦੀ ਤਰ੍ਹਾਂ ਖੁੱਲ੍ਹੇ ਹੋਏ ਨੇ। ਵਾਇਰਸ ਨੂੰ ਲੈ ਕੇ ਜਿੱਥੇ ਕੱਲ੍ਹ ਪੰਜਾਬ ਸਰਕਾਰ ਦਾ ਇੱਕ ਆਦੇਸ਼ ਆਇਆ ਕਿ ਬੱਸਾਂ ਅੱਜ ਰਾਤ ਤੋਂ 12 ਵਜੇ ਤੋਂ ਬਾਅਦ ਬੰਦ ਕਰ ਦਿੱਤੀਆਂ ਜਾਣਗੀਆਂ, ਚਾਹੇ ਉਸ ਨੂੰ ਦੇਖਦੇ ਹੋਏ ਕੱਲ੍ਹ ਸੰਗਰੂਰ ਦੇ ਵਿੱਚ ਮੰਡੀ ਦੇ ਵਿੱਚ ਬੜੀ ਅਫਰਾ ਤਫਰੀ ਦੇਖਣ ਨੂੰ ਮਿਲੀ। ਲੋਕ ਆਪਣਾ ਰਾਸ਼ਨ 15-15 ਦਿਨ ਦਾ ਇਕੱਠਾ ਲਿਜਾਂਦੇ ਦਿਖੇ, ਸਬਜ਼ੀਆਂ ਜਿਹੜੀ ਸਬਜ਼ੀਆਂ ਨੇ ਉਹ ਵੀ 1.5 ਗੁਣਾ ਰੇਟ 'ਤੇ ਵਿਕਦੀਆਂ ਦਿਖੀਆਂ। ਅਤੇ ਅੱਜ ਸਾਡੇ ਨਾਲ ਮੌਜੂਦ ਨੇ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸੀ ਟੀਟੂ ਜੀ। ਉਹਨਾਂ ਨੂੰ ਆਪਾਂ ਪੁੱਛਦੇ ਹਾਂ ਕਿ ਜਿਹੜੀ ਇਹ ਕਾਲਾ ਬਾਜ਼ਾਰੀ ਹੋਈ ਹੈ ਵੀ ਉਹਨਾਂ ਬਾਰੇ ਉਹ ਕੀ ਜਾਣਦੇ ਨੇ। ਜੀ ਟੀਟੂ ਜੀ, ਬਹੁਤ ਬਹੁਤ ਸਵਾਗਤ ਹੈ TVN। ਦੇਖੋ, ਕੱਲ੍ਹ ਜੋ ਹੋਈ ਹੈ ਇਹ ਬੜੀ ਮੰਦਭਾਗੀ ਗੱਲ ਹੈ ਵੀ, ਪਰ ਇਹਦੇ 'ਚ ਜਿਹੜੇ ਲੋਕ ਚੀਜ਼ਾਂ ਖਰੀਦਣ ਆਏ ਸੀ ਉਹਨਾਂ ਦਾ ਵੀ ਕਸੂਰ ਹੈ, ਕਿਉਂਕਿ ਆਪਾਂ ਨੂੰ ਕਿਲੋ ਚੀਜ਼ ਦੀ ਲੋੜ, ਆਪਾਂ ਉੱਥੇ 5 ਕਿਲੋ ਲੈਂਦੇ ਹਾਂ ਤਾਂ ਨੈਚੁਰਲੀ ਅੰਡਰਸਟੂਡੀ ਆ ਵੀ ਇਹ ਚੀਜ਼ਾਂ ਦੇ ਭਾਅ 5 ਗੁਣਾ ਤਾਂ ਹੀ ਵਧੇ ਨੇ। ਜਿਹੜਾ 20 ਰੁਪਏ ਕਿਲੋ ਪਿਆਜ਼ ਸੀ, ਕੱਲ੍ਹ 40-45 ਰੁਪਏ ਕਿਲੋ ਪਿਆਜ਼ ਵਿਕਿਆ। ਆਲੂ ਵੀ ਇਸੇ ਤਰ੍ਹਾਂ ਹੀ ਹੋਇਆ, ਲੋਕਾਂ ਨੇ ਹਫੜਾ ਦਫੜੀ ਮਚਾਈ, ਪਰ ਉਹ ਜੋ ਕਿਸੇ ਨੇ ਫੇਕ ਖਬਰ ਪਾਈ ਸੀ ਉਹਦੀ ਬਦੌਲਤ ਇਹ ਕੰਮ ਹੋਇਆ। ਮੈਂ ਸਵੇਰੇ ਜਾ ਕੇ ਸਾਰੇ ਵਪਾਰੀਆਂ ਨੂੰ ਅਪੀਲ ਵੀ ਕੀਤੀ ਹੈ, ਹੁਣ ਵੀ ਮੈਂ NRI ਦੇ ਜ਼ਰੀਏ, ਤੁਹਾਡੇ ਜ਼ਰੀਏ, ਪ੍ਰੈਸ ਤੀਜਾ ਨੇਤਰ ਹੁੰਦੀ ਹੈ ਉਹਦੇ ਜ਼ਰੀਏ ਸਮੁੱਚੇ ਲੋਕਾਂ ਨੂੰ, ਸਮੁੱਚੇ ਭਾਈਚਾਰੇ ਨੂੰ, ਵਪਾਰ ਮੰਡਲ ਨੂੰ, ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਇੱਕ ਆਪਾਂ ਕਾਲਾਬਾਜ਼ਾਰੀ ਨਾ ਕਰੀਏ ਕਿ ਜਿਹੜੀਆਂ ਰੋਜ਼ਾਨਾ ਜੋ ਆਪਣੇ ਰਸੋਈ ਦੀਆਂ ਵਸਤਾਂ ਨੇ ਜਿਵੇਂ ਆਲੂ ਹੈ, ਪਿਆਜ਼ ਹੈ, ਆਪਣਾ ਘਿਓ ਹੈ, ਚੀਨੀ ਹੈ, ਰਿਫਾਈਂਡ ਹੈ, ਬੇਸਣ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਉਸੇ ਤਰ੍ਹਾਂ ਹੀ ਜੋ ਰੇਟ ਚੱਲ ਰਹੇ ਨੇ ਉਹ ਪ੍ਰੋਵਾਈਡ ਕਰਾਈਏ। ਟੀਟੂ ਜੀ, ਜਿਹੜੀ ਕਾਲਾ ਬਾਜ਼ਾਰੀ ਕੱਲ੍ਹ ਹੋਈ ਹੈ ਉਹਦਾ ਵਪਾਰ ਮੰਡਲ ਕੋਈ ਕਦਮ ਚੁੱਕੇਗਾ? ਦੇਖੋ, ਇਹਦੇ 'ਚ ਕੋਈ ਹੋਈ ਹੈ ਪਰ ਇਹਦੇ 'ਚ ਕੋਈ ਕਿਸੇ ਦੇ ਕੋਲ ਪ੍ਰੂਫ ਨਹੀਂ ਇਸ ਗੱਲ ਦਾ। ਅਸੀਂ ਵਪਾਰ ਮੰਡਲ ਵਾਲੇ ਇਹ ਕੋਈ ਐਕਸ਼ਨ ਨਹੀਂ ਲੈ ਸਕਦੇ ਵੀ ਜੇ ਹੋਈ ਹੈ, ਲੋਕਾਂ ਨੇ ਕਿਸੇ ਨੇ ਜੇ 40 ਰੁਪਏ ਲਏ, ਕਿਸੇ ਨੇ ਕੋਈ ਬਿੱਲ ਤਾਂ ਲਿਆ ਨਹੀਂ ਇਸ ਚੀਜ਼ ਦਾ। ਹਾਂ, ਜੇ ਕੋਈ ਕਿਸੇ ਕੋਲ ਬਿੱਲ ਹੈ, ਜੇ ਕਿਸੇ ਚੀਜ਼ ਦਾ ਰੇਟ ਤੋਂ ਉਹਨੇ ਡਬਲ ਦਿੱਤੀ ਹੈ ਤਾਂ ਉਹਦੇ ਖਿਲਾਫ਼ ਅਸੀਂ ਵਪਾਰ ਮੰਡਲ ਵੀ ਕਾਰਵਾਈ ਕਰੂਗਾ। ਜਿਹਦਾ ਕੋਈ ਸਬਜ਼ੀ ਮੰਡੀ ਤੋਂ ਲਾਇਸੈਂਸ ਬਣਿਆ ਜਾਂ ਕਿਸੇ ਰੇਹੜੀ ਯੂਨੀਅਨ ਤੋਂ ਲਾਇਸੈਂਸ ਬਣਿਆ ਉਹ ਮੈਂ ਕੈਂਸਲ ਕਰਾਊਂਗਾ, ਪਰ ਉਹਦੇ ਵਾਸਤੇ ਸਾਨੂੰ ਸਬੂਤ ਦੀ ਲੋੜ ਹੈ, ਉਹ ਸਬੂਤ ਸਾਨੂੰ ਹਾਲੇ ਤੱਕ ਕੋਈ ਮਿਲਿਆ ਨਹੀਂ। ਜਿਵੇਂ ਕੱਲ੍ਹ ਉਸ ਤੋਂ ਬਾਅਦ ਹੀ ਇਹ ਲੋਕਾਂ 'ਚ ਅਫੜਾ ਤਫੜੀ ਬਚੀ ਹੈ, ਕੋਈ ਵਪਾਰ ਮੰਡਲ ਵੱਲੋਂ ਵੀ ਕੁਛ ਇਹੋ ਜਿਹਾ ਵੀ ਦੁਕਾਨਾਂ ਬੰਦ ਹੋਣਗੀਆਂ ਜਾਂ ਕੋਈ ਅੱਗੇ ਹੋਰ? ਹਾਂ, ਇਹੀ ਮੈਂ ਦੱਸ ਰਿਹਾ ਵੀ ਕੱਲ੍ਹ ਕਿਸੇ ਨੇ ਫੇਕ ਖਬਰ ਪਾ ਤੀ ਫੇਸਬੁੱਕ 'ਤੇ ਵੀ ਦੁਕਾਨਾਂ ਸਵੇਰੇ 10 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਣਗੀਆਂ। ਉਸ ਨੂੰ ਮੱਦੇਨਜ਼ਰ ਰੱਖਦੇ, ਮੁੱਖ ਰੱਖਦੇ ਹੋਏ ਲੋਕਾਂ ਨੇ ਇਹ ਦਹਿਸ਼ਤ ਪੈ ਗਈ ਵੀ ਕਰਫਿਊ ਵਾਲਾ ਮਾਹੌਲ ਬਣਾ ਲਿਆ ਵੀ ਪਤਾ ਨਹੀਂ ਚੀਜ਼ ਮਿਲਣੀ ਹੈ ਕਿ ਨਹੀਂ ਮਿਲਣੀ। ਪਰ ਮੈਂ ਪਬਲਿਕ ਨੂੰ ਵੀ ਅਤੇ ਵਪਾਰ ਮੰਡਲ ਵੱਲੋਂ ਇਹ ਬੇਨਤੀ ਕਰਦਾ ਵੀ ਕੋਈ ਇਸ ਤਰ੍ਹਾਂ ਦੀ ਮਾਹੌਲ ਹੋਣੀ ਹੈਗੀ। ਦੁਕਾਨਾਂ ਰੂਟੀਨ ਮੈਟਰ 'ਤੇ ਜਿਵੇਂ ਮੈਂ ਦੱਸਿਆ, ਮੈਂ 6 ਵਜੇ ਚਾਰੇ ਗੇਟ, ਧੂਰੀ ਗੇਟ, ਨਾਭਾ ਗੇਟ, ਸੁਨਾਮੀ ਗੇਟ, ਪਟਿਆਲਾ ਗੇਟ, ਚਾਰੇ ਗੇਟ ਬਿਲਕੁਲ ਰੂਟੀਨ ਮੈਟਰ ਦੀ ਤਰ੍ਹਾਂ ਖੁੱਲ੍ਹੇ ਹੋਏ ਨੇ, ਇਸੇ ਤਰ੍ਹਾਂ ਹੀ ਖੁੱਲ੍ਹੇ ਰਹਿਣਗੇ, ਕੋਈ ਪ੍ਰੋਬਲਮ ਨਹੀਂ ਆਉਂਦੀ। ਖਾਣਾ ਪੀਣ ਵਾਲੀਆਂ ਵਸਤਾਂ ਮੈਂ ਸਵੇਰੇ ਸਬਜ਼ੀ ਮੰਡੀ ਦੇਖਿਆ, ਆਲੂ, ਪਿਆਜ਼, ਗੋਭੀ, ਲਸਣ, ਟਮਾਟਰ ਬਿਲਕੁਲ ਐਜ਼ ਇਟ ਜਿਵੇਂ ਪੁਰਾਣੀ ਜੋ ਵਸਤਾ ਸੀ ਉਸੇ ਤਰ੍ਹਾਂ ਹੀ ਪ੍ਰੋਵਾਈਡ ਉੱਥੇ ਪਈਆਂ ਨੇ। ਜੀ, ਵਪਾਰ ਮੰਡਲ ਵੱਲੋਂ ਵੀ ਕੁਛ ਇਹੋ ਜਿਹੀਆਂ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਹੀ ਰੇਟ 'ਤੇ, ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਕਿ ਚਾਰੋਂ ਗੇਟਾਂ 'ਤੇ ਅਸੀਂ ਆਪਣੇ ਵੱਲੋਂ ਵੀ ਕੁਛ ਲੋਕਾਂ ਦੀ ਹੈਲਪ ਕਰਾਂਗੇ? ਹਾਂ, ਉਹ ਤਾਂ ਦਿੱਤੀਆਂ ਜਾਣਗੀਆਂ ਜੇ ਕੱਲ੍ਹ ਜਿਵੇਂ ਅਸੀਂ ਮਾਹੌਲ ਦੇਖਿਆ ਅਤੇ ਉਹ ਜੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੋਇਆ ਫਿਰ ਅਸੀਂ ਚਾਰੇ ਗੇਟ ਜਿਵੇਂ ਪਟਿਆਲਾ ਗੇਟ, ਧੂਰੀ ਗੇਟ, ਨਾਭਾ ਗੇਟ ਇੱਕ ਕੇਂਦਰ ਬਣਾ ਦਾਂਗੇ, ਉੱਥੇ ਜਿਹੜੀਆਂ ਰਸੋਈ ਦੀਆਂ ਰੋਜ਼ਾਨਾ ਦੀਆਂ ਵਸਤਾਂ ਨੇ ਉਹ ਸਾਰੀਆਂ ਵਸਤਾਂ ਕੋਸਟ ਰੇਟ 'ਤੇ, ਜਿਵੇਂ ਮੰਨ ਲਓ ਚੀਨੀ ਅੱਜ 35 ਰੁਪਏ ਕਿਲੋ ਹੈ, 35 ਰੁਪਏ ਕਿਲੋ, ਰਿਫਾਈਂਡ 90 ਰੁਪਏ ਲੀਟਰ ਹੈ, 90 ਰੁਪਏ ਲੀਟਰ, ਇਸ ਤਰ੍ਹਾਂ ਅਸੀਂ ਉਸੇ ਰੇਟ 'ਤੇ ਪ੍ਰੋਵਾਈਡ ਚਾਰੇ ਗੇਟਾਂ 'ਚ ਕਰਵਾਵਾਂਗੇ। ਇਹ ਸਾਡੇ ਨਾਲ ਸੀ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਜੀ, ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਕਾਲਾ ਬਾਜ਼ਾਰੀ ਹੋਈ ਹੈ ਉਹ ਲੋਕਾਂ ਦੀ ਕਿਸੇ ਨੇ ਫੇਕ ਅਫਵਾਹ ਉਡਾ ਦਿੱਤੀ ਸੀ ਉਹਦੇ ਕਰਕੇ ਹੋਈ ਹੈ, ਲੇਕਿਨ ਅਗਰ ਇਹ ਕਾਲਾ ਬਾਜ਼ਾਰੀ ਜਾਰੀ ਰਹਿੰਦੀ ਹੈ ਤਾਂ ਇਹਨਾਂ ਦੇ ਵਪਾਰ ਮੰਡਲ ਵੱਲੋਂ ਚਾਰੇ ਗੇਟਾਂ 'ਤੇ ਚਾਰੇ ਚੀਜ਼ਾਂ ਰਸੋਈ ਦਾ ਸਮਾਨ ਬਿਲਕੁਲ ਸਹੀ ਰੇਟਾਂ 'ਤੇ ਪ੍ਰੋਵਾਈਡ ਕਰਾਇਆ ਜਾਏਗਾ। ਸੰਗਰੂਰ ਤੋਂ ਟੋਨੀ ਸ਼ਰਮਾ ਦਾ TV NRI।